ਬਿਲ ਗੇਟ ਕਹਿੰਦੇ ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ, 90 ਬਿਲੀਅਨ ਦਾ ਮਾਲਕ ਹੈ, 90 ਬਿਲੀਅਨ। 10 ਲੱਖ ਡਾਲਰ ਹੋਵੇ, 10 ਲੱਖ ਡਾਲਰ ਤਾਂ 1 ਮਿਲੀਅਨ ਬਣਦਾ ਹੈ, 10 ਮਿਲੀਅਨ ਹੋਵੇ ਤਾਂ 1 ਬਿਲੀਅਨ ਬਣਦਾ ਹੈ, 90 ਬਿਲੀਅਨ। ਸਾਡੇ ਜੇ ਇੰਡੀਆ ਦਾ ਪੈਸਾ ਜੋੜਨਾ ਹੋਵੇ ਤੇ ਕਈ ਲੱਖ ਕਰੋੜ ਦਾ ਮਾਲਕ ਹੈ, ਤੇ ਆਪਣੇ ਬੱਚਿਆਂ ਨੂੰ ਪਤਾ ਉਹਨੇ ਪ੍ਰਾਪਰਟੀ ਕਿੰਨੀ ਦਿੱਤੀ ਹੈ? ਸਿਰਫ 10 ਮਿਲੀਅਨ ਆਪਣੇ ਬੱਚਿਆਂ ਨੂੰ, 10 ਮਿਲੀਅਨ। 1 ਬਿਲੀਅਨ ਦਿੱਤਾ ਹੈ ਤੇ ਆਪ ਕਿੰਨੇ ਦਾ ਮਾਲਕ ਹੈ? 90 ਬਿਲੀਅਨ। ਬਾਕੀ ਨਹੀਂ ਦੇਣਾ ਕਹਿੰਦੇ ਪੈਸੇ, ਕਿਉਂ ਨਹੀਂ ਦੇਣਾ? ਕਹਿੰਦਾ ਵਿਗਾੜਨੇ ਨਹੀਂ, ਆਪਣੇ ਜੋਗਾ ਆਪੇ ਕਰਨਗੇ, ਪੈਰਾਂ ਤੇ ਖੜੇ ਕਰਨੇ ਨੇ, ਨਿਕੰਮੇ ਨਹੀਂ ਕਰਨੇ। ਆਖੋ ਸਤਨਾਮ। ਦੁਨੀਆ ਦਾ ਸਭ ਤੋਂ ਅਮੀਰ ਬੰਦਾ ਆਪਣੇ ਬੱਚਿਆਂ ਨੂੰ ਜ਼ਿੰਮੇਵਾਰ ਬਣਾਉਣਾ ਚਾਹੁੰਦਾ। ਓਬਾਮੇ ਦੀ ਲੜਕੀ ਰੈਸਟੋਰੈਂਟ ਵਿੱਚ ਕੰਮ ਕਰਦੀ ਸੀ, ਕਹਿੰਦਾ ਮੈਂ ਆਪਣੀ ਧੀ ਨੂੰ ਜ਼ਿੰਮੇਵਾਰ ਬਣਾਉਣਾ ਚਾਹੁੰਦਾ। ਵੇਖੋ ਉਹ ਪਿਆਰਿਓ, ਪਿਆਰਿਓ ਜਦੋਂ ਮੈਂ ਬਿਲ ਗੇਟ ਨੂੰ ਵੇਖਦਾ, ਮੈਂ ਕਹਿੰਦਾ ਕਦੇ ਸਾਡਾ ਕੋਈ ਸਿੱਖ ਬਿਲ ਗੇਟ ਨਾਲ ਮੁਲਾਕਾਤ ਕਰੇ, ਮੀਟਿੰਗ ਕਰੇ, ਉਹਨੂੰ ਦੱਸੇ ਤੂੰ ਪੈਰਾਂ ਤੇ ਖੜੇ ਕਰਨਾ ਚਾਹੁੰਦਾ। ਉਹ ਕਹੇਗਾ ਹਾਂ। ਉਦੋਂ ਫਿਰ ਉਹ ਕਵੇ ਗੁਰੂ ਨਾਨਕ ਨੇ 500 ਸਾਲ ਪਹਿਲਾਂ ਲੋਕਾਂ ਨੂੰ ਪੈਰਾਂ ਤੇ ਖੜੇ ਕਰਨ ਦੀ ਗੱਲ ਕਹੀ, ਰੱਬ ਤੇਰੇ ਚ ਹੈ, ਪੈਰਾਂ ਤੇ ਖੜਾ ਹੋ। ਕਬੀਰ ਜੀ ਨੇ ਗੱਲ ਕਹੀ, ਫਰੀਦ ਸਾਹਿਬ ਕਹਿ ਗਏ, ਆਹ ਗੁਰੂ ਗ੍ਰੰਥ ਸਾਹਿਬ ਦੀ ਟ੍ਰਾਂਸਲੇਟ ਕਰਕੇ ਸਮਝਾਵੇ ਉਹਨੂੰ। ਹਾਂ ਵੇਖ, ਉਹ ਕਹਿੰਦੇ ਤੇਰੇ ਚ ਹੀ ਰੱਬ ਹੈ, ਤੂੰ ਕਰ ਸਕਦਾ, ਤੂੰ ਕਰ ਸਕਦਾ, ਤੂੰ ਕਿਹਦੀ ਕਰ ਸਕਦਾ, ਤੂੰ ਕਿੱਥੇ ਤੱਕ ਨਹੀਂ ਪਹੁੰਚ ਸਕਦਾ। ਵੇਖੋ ਜਿਹੜੇ ਚੰਦਰਮਾ ਤੇ ਪਹਿਲੀ ਵਾਰੀ ਜਾਣ ਲੱਗੇ ਹੋਣਗੇ, ਵਿੱਚ ਭਾਏ ਹੋਣਗੇ, ਬੰਦ ਕਰ ਰਹੇ ਨੇ, ਚਲੋ ਬਈ, ਉਹ ਕਹਿੰਦੇ ਨਾ, ਉਹ ਨਾਸਾ 'ਚ ਜਾ ਕੇ ਪਤਾ ਕਰੀਏ। ਤੂੰ ਜਿਹੜੇ ਬੰਦੇ ਬਾਹਰ ਖੜੇ ਹੋਣਗੇ ਕਹਿੰਦੇ ਹੋਣਗੇ ਤੂੰ ਜਾ ਸਕਦਾ ਹੈ, ਤੂੰ ਚੰਦਰਮਾ ਤੇ ਜਾਓਗੇ ਵੀ, ਚੰਦਰਮਾ ਤੋਂ ਮੁੜ ਕੇ ਆਓਗੇ ਵੀ, ਕਰ ਸਕਦੇ ਹੋ। ਤੇ ਵੇਖੋ ਉਹ ਰਾਹ ਜਿੱਥੇ ਕਦੇ ਗਿਆ ਹੀ ਨਹੀਂ ਕੋਈ ਲੋਕ ਤੁਰ ਪਏ, ਜਿਹੜੇ ਰਾਹ ਤੇ ਕਦੇ ਕੋਈ ਤੁਰਿਆ ਹੀ ਨਹੀਂ ਲੋਕ ਤੁਰ ਪਏ। ਕੌਨਫੀਡੈਂਸ ਕਿੰਨੇ ਭਰਿਆ, ਨੀਹਾਂ ਚ ਉਦੋਂ ਪਹਿਲਾਂ ਵੀ ਖੜਿਆ ਸੀ ਕੋਈ, ਯਾਰ ਬੋਲੋ ਨਹੀਂ ਖੜਿਆ, ਪਰ ਜਦੋਂ ਆ ਕਿਹਾ ਨਾ ਤੂੰ ਉਹਦਾ ਰੂਪ ਹੈ, ਕਰ ਸਕਦੇ ਆ, ਤੇ ਨੀਹਾਂ ਚ ਵੀ ਖੜ ਗਏ। ਉਹ ਕੌਨਫੀਡੈਂਸ ਹੈ, ਉਹ ਸਵੈ ਵਿਸ਼ਵਾਸ ਹੈ, ਆਤਮ ਵਿਸ਼ਵਾਸ। ਮਨ ਤੂੰ ਜੋਤ ਸਰੂਪ ਹੈ, ਤੂੰ ਉਹਦਾ ਰੂਪ ਹੈ, ਕਰ ਸਕਦਾ। ਦੇਖੋ ਪਰਸਨੈਲਿਟੀ ਡਿਵੈਲਪ ਦੇ ਉੱਤੇ ਜਿਹੜੇ ਬੰਦੇ ਲੈਕਚਰ ਦਿੰਦੇ ਨੇ ਅੱਜ, ਲੈਕਚਰ ਦੇ ਪਰਸਨੈਲਿਟੀ ਡਿਵੈਲਪ ਲਈ ਵੱਡੇ ਵੱਡੇ ਲੈਕਚਰ ਹੋ ਰਹੇ ਆ, ਕਾਲਜਾਂ ਵਿੱਚ ਲੈਕਚਰ ਹੋ ਰਹੇ ਆ, ਬਿਜ਼ਨਸ ਦੇ ਲੈਕਚਰ ਕਰਦੇ ਆ ਬੰਦੇ, ਤੇ ਗੁਰਬਾਣੀ ਦੇ ਲੈਕਚਰ ਇਹ ਨੇ ਜਿਹੜੇ ਤੈਨੂੰ ਤੇਰੇ 'ਚ ਵਿਸ਼ਵਾਸ ਪੈਦਾ ਕਰਨ, ਭਰੋਸਾ ਪੈਦਾ ਕਰਨ, ਭਰੋਸਾ ਤੇਰਾ ਤੇਰੇ ਤੇ, ਬਾਹਰ ਕਿਸੇ ਚੀਜ਼ ਤੇ ਨਹੀਂ, ਤੇਰੇ ਤੇ, ਰੱਬ ਤੇਰੇ ਵਿੱਚ ਹੈ, ਬਾਹਰ ਕੋਈ ਰੱਬ ਨਹੀਂ, ਤੇਰੇ ਵਿੱਚ ਹੈ, ਤੂੰ ਉਹਦਾ ਰੂਪ ਹੈ। ਇਹ ਵਿਸ਼ਵਾਸ ਪੈਦਾ ਕਰ ਰਿਹਾ, ਇਹ ਲੈਕਚਰ ਨੇ ਗੁਰਬਾਣੀ ਦੇ ਲੈਕਚਰ ਇਹ ਨੇ। ਜੇ ਤੁਸੀਂ ਚਾਹੋਗੇ ਮੈਂ ਤੁਹਾਨੂੰ ਕੱਲ ਨਾਮਦੇਵ ਜੀ ਦਾ, ਕਬੀਰ ਜੀ ਦਾ, ਗੁਰੂ ਨਾਨਕ ਦਾ, ਰਵਿਦਾਸ ਜੀ ਦਾ, ਸਾਰਿਆਂ ਦੇ ਲੈਕਚਰ ਤੁਹਾਨੂੰ ਕੱਲ ਮੈਂ, ਜੇ ਮੈਨੂੰ ਮੇਰੇ ਆ ਗਿਆ ਸੁਰਤ ਵਿੱਚ, ਮੈਂ ਸਾਰੇ ਦੱਸ ਦੂੰ।
ਫੰਡ ਚ ਐਸਾ ਕੰਫਿਊਜ਼ 500 ਸਾਲ ਪਹਿਲਾਂ ਪਰਸਨੈਲਿਟੀ ਡਿਵੈਲਪ ਦੀ ਗੱਲ ਹੋ ਰਹੀ ਹੈ, ਮਾਈਂਡ ਡਿਵੈਲਪ ਦੀ ਗੱਲ ਹੋ ਰਹੀ ਹੈ, ਆਤਮ ਵਿਸ਼ਵਾਸ ਦੀ ਗੱਲ ਹੋ ਰਹੀ ਹੈ, ਸਵੈ ਭਰੋਸੇ ਦੀ ਗੱਲ ਹੋ ਰਹੀ ਹੈ। 15 ਸ਼ਬਦ ਜੇ ਸਾਡੇ ਕੋਲ ਟਾਈਮ ਹੋਇਆ ਤੁਸੀਂ ਸੁਣ ਕੇ ਵੇਖਿਓ, ਇੱਕ ਇੱਕ ਸ਼ਬਦ ਲੈ ਆਇਓ ਸਾਹਮਣੇ ਜਿੱਥੇ ਤੈਨੂੰ ਤੇਰੇ ਨਾਲ ਜੋੜਿਆ ਜਾ ਰਿਹਾ। ਬਾਹਰ ਪੁਜਾਰੀ ਨੇ ਜੋੜਿਆ, ਗੁਰੂ ਗ੍ਰੰਥ ਸਾਹਿਬ ਨਹੀਂ ਬਾਹਰ ਰੱਬ ਮੰਨਦੇ, ਅੰਦਰ ਹੈ ਤੇਰੇ, ਤੇਰੇ ਚ ਮੰਨਦੇ ਆ ਰੱਬ, ਨਹੀਂ ਕਹਿੰਦੇ ਬਾਹਰ ਰੱਬ। ਕੋਈ ਖੁਸ਼ ਨਹੀਂ ਹੁੰਦਾ, ਕੋਈ ਨਾਰਾਜ਼ ਨਹੀਂ ਹੁੰਦਾ, ਉਹ ਨਿਰਵੈਰ ਹੈ। ਕੁਦਰਤ ਦਾ ਨਿਜਮ, ਨਿਜਮ ਦੇ ਰੂਪ ਵਿੱਚ ਸਾਰੇ ਪਾਸੇ ਬੈਠਾ ਵੀਰਾ, ਤੂੰ ਜੱਟ ਹੈ, ਤੂੰ ਮਜ਼ਬੀ ਹੈ, ਤੂੰ ਰਮਦਾਸੀ ਹੈ, ਤੂੰ ਝੀਵਰ ਹੈ, ਤੂੰ ਛੀਂਬਾ ਹੈ, ਤੂੰ ਨਾਈ ਹੈ, ਛੱਡ, ਨਿਜਮ ਹੈ ਕੁਦਰਤ ਦਾ। ਜੇ ਜਿੰਮ ਕਰਕੇ ਹੀ ਡੋਲੇ ਬੰਨੇ ਨੇ ਤੇ ਜਿੰਮ ਕਰਕੇ ਹੀ ਬੰਨੇ ਨੇ, ਉਹਨੇ ਨਹੀਂ ਕਹਿਣਾ ਵੀ ਤੂੰ ਕਿਹੜੀ ਬਰਾਦਰੀ ਦਾ ਹੈ। ਕੁਦਰਤ ਦਾ ਨਿਜਮ ਸਾਰਿਆਂ ਲਈ ਇੱਕੋ ਜਿਹਾ, ਬੱਚਾ ਜਿਵੇਂ ਪੈਦਾ ਹੋਣਾ ਉਵੇਂ ਹੀ ਹੋਣਾ, ਰਿਆਇਤ ਕੋਈ ਨਹੀਂ। ਉਹ ਇਹ ਨਹੀਂ ਵੇਖਣਗੇ, ਮੈਂ ਹੁਣ ਮੇਰੇ ਵੀਰੋ ਜਵਾਬ ਦਿਓ, ਬੋਲਿਓ ਗੱਜ ਕੇ, ਤੂੰ ਜਿੰਮ ਕਰੇ, ਕੁਦਰਤ ਦੇ ਨਿਜਮ ਦੀ ਗੱਲ ਕਰਦਾ, ਜੇ ਵੱਡੇ ਵੱਡੇ ਡੌਲੇ ਚਾਹੀਦੇ ਆ ਮੰਨ ਲਓ ਤੇ ਦੋ ਦੋ ਘੰਟੇ, ਇੱਕ ਸਾਲ ਲਾਉਣਾ ਪੈਣ, ਇੱਕ ਸਾਲ ਦੋ ਦੋ ਘੰਟੇ ਲਾਉਣੇ ਪੈਣਗੇ ਕਿ ਨਹੀਂ ਪੈਣਗੇ, ਗੱਜ ਕੇ ਗੱਜ ਕੇ। ਭਲਾ ਜੇ ਮੈਂ ਉਹ ਕੁਦਰਤ ਮੈਨੂੰ ਐਂ ਕਹਿ ਸਕਦੀ ਹੈ ਕੁਦਰਤ ਦਾ ਨਿਜਮ ਵੀ ਚੱਲ ਇਹ ਕੀਰਤਨ ਕਰਦਾ, ਕਥਾ ਕਰਦਾ, ਇਹਨੂੰ ਐਂ ਕਰਦੇ ਆ, ਇਹਨੂੰ ਅੱਧਾ ਕੁ ਘੰਟੇ ਨਾਲ ਹੀ ਬਣ ਜਾਣਗੇ, ਬਾਕੀਆਂ ਦੇ ਦੋ ਦੋ ਘੰਟੇ, ਇਹਦੇ ਅੱਧਾ ਘੰਟਾ ਹੋ ਸਕਦਾ। ਯਾਰ ਦੱਸੋ ਕੋਈ ਰਿਆਇਤ ਹੈ? ਨਿਰਵੈਰ ਤੇ ਕਹਿੰਦੇ ਹੀ ਤਾਂ ਉਹ ਕਿਸੇ ਦੂਜੇ ਨਾਲ ਵੈਰ ਕਰਦਾ ਹੀ, ਨਿਜਮ ਲੋ ਨੇਮ ਰੱਬ, ਕੌਣ ਰੱਬ? ਉਹਨੇ ਨਹੀਂ ਕਹਿਣਾ ਤੂੰ ਕੀਰਤਨ ਕੀਤਾ ਮੇਰਾ, ਉਹ ਕਹੇਗਾ ਜੇ ਦੋ ਘੰਟੇ ਲੱਗਣਗੇ ਤੇ ਤੇਰੇ ਵੀ ਲੱਗਣਗੇ, ਐ ਨਹੀਂ ਰਿਆਇਤ। ਬਾਕੀ ਜੇ ਬਰਗਰ ਖਾ ਕੇ ਬਰਗਰ ਵਰਗੇ ਹੋ ਜਾਣਗੇ, ਜਿੱਦਣ ਤੂੰ ਬਰਗਰ ਖਾਏਗਾ ਤੂੰ ਵੀ ਬਰਗਰ ਵਰਗੇ ਹੀ ਹੋਏਗਾ, ਕਰ ਲੈ ਕੀਰਤਨ ਜਿੰਨਾ ਵਾ, ਤਾਂ ਹੀ ਤੇ ਮੇਰੇ ਵਰਗੇ ਬਰਗਰਾਂ ਵਰਗੇ ਆ ਕਈ, ਕਹਿੰਦੇ ਬਰਗਰ ਵਾਲਾ ਵੇਖ ਕੇ ਲੰਘਿਆ ਨਹੀਂ ਜਾਂਦਾ, ਮੈਂ ਕਿਹਾ ਆਪ ਵੀ ਤੇ ਬਰਗਰ ਹੀ ਬਣਿਆ ਫਿਰਦਾ ਫਿਰ। ਕਹਿੰਦੇ ਜਿੱਥੇ ਆ ਜਾਂਦਾ ਨਾ ਮੈਕਡੋਨਲਡਸ, ਕਹਿੰਦੇ ਮੇਰੀ ਨਹੀਂ ਗੱਡੀ ਅੱਗੇ ਲੰਘਦੀ, ਤਾਂ ਮੈਂ ਹੱਸਦਾ ਸੀ, ਮੈਂ ਕਿਹਾ ਆਪ ਵੀ ਤੇ ਬਰਗਰ ਹੀ ਬਣ ਗਿਆ ਫਿਰ, ਸੱਚੀ ਐਨ ਲੱਗਦਾ ਜਿਵੇਂ ਰਿੜਦਾ ਹੁੰਦਾ, ਤੁਰਦਾ ਘੱਟ ਤੇ ਰਿੜਦਾ ਜ਼ਿਆਦਾ, ਡਰੰਮ ਬਣਿਆ ਗਿਆ, ਖਾ ਲਓ ਬਰਗਰ। ਦੱਸੋ ਬਈ ਰਿਆਇਤ ਹੈ ਵੀ ਮੇਰੇ ਵਰਗਾ ਖਾਵੇ ਪੀਜੇ, ਖਾਵੇ ਬਰਗਰ, ਮੋਟਾ ਹੋਵੇ ਹੀ ਨਾ, ਸਲਿਮ ਰਹਿ ਸਕਦਾ? ਨਿਜਮ ਲਿਹਾਜ਼ ਕਰਦਾ, ਬੇਲਿਹਾਜ਼ ਹੈ ਕਿ ਨਹੀਂ, ਨਿਰਵੈਰ ਹੈ ਕਿ ਨਹੀਂ ਹੈ? ਜਿੱਦਣ ਤੁਹਾਨੂੰ ਉਹਦੇ ਨਿਜਮ ਦੀ ਲਾਅ ਆਫ ਨੇਚਰ ਦੀ ਸਮਝ ਆਈ, ਢਾਂਚਾ ਹੀ ਬਦਲ ਜਾਂਦਾ ਸਾਰਾ। ਕਿਹੜੀ ਰਿਆਇਤ ਹੈ ਉੱਥੇ? ਉਹ ਨਹੀਂ ਕਰਦਾ, ਉਹ ਹੈ ਹੀ ਗੱਲ ਹੀ ਕੁਝ ਹੋਰ ਹੈ, ਤੇ ਚੱਕਰੀ ਘੁਮਾਤੀ ਸਾਨੂੰ ਪੁੱਠੇ ਪਾਸੇ ਤੋੜਦਾ। ਭੱਜ ਲਓ ਜਿੰਨਾ ਮਰਜ਼ੀ, ਜੇ ਮੂੰਹ ਦਿੱਲੀ ਵੱਲ ਹੈ ਜਾਣਾ ਅੰਮ੍ਰਿਤਸਰ ਸੀ, ਤੂੰ ਦਿੱਲੀ ਜਾਏਗਾ, ਜਿੱਥੇ ਮਰਜ਼ੀ ਭੱਜ ਲਓ ਕੁਛ ਨਹੀਂ ਮਿਲਦਾ, ਭਟਕ ਲਓ ਜਿੰਨਾ ਭਟਕਣਾ, ਪਰ ਆਪਣੇ ਆਪ ਸਵੈ ਪੜਚੋਲ ਕਰ, ਆਪਣੇ ਆਪ ਨਾਲ ਜੁੜ, ਆਪਣੀ ਯਾਤਰਾ ਆਪਣੇ ਤੇ ਸ਼ੁਰੂ ਕਰ ਤੇ ਖਤਮ ਵੀ ਆਪਣੇ, ਖਤਮ ਵੀ ਆਪਣੇ ਤੇ ਕਰ।